ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪਲਕੇ ਅਧਿਆਪਕ ਦਿਵਸੇ ਕੇਂਦਰੀ ਸਿੱਖਿਆ ਮੰਤਰਾਲਾ 5 ਸਤੰਬਰ ਤੋਂ 17 ਸਤੰਬਰ ਤੱਕ ਅਧਿਆਪਕ ਫੈਸਟੀਵਲ ਮਨਾਏਗਾ। ਰਾਸ਼ਟਰੀ ਪ੍ਰਧਾਨ ਰਾਮਨ드 ਕੋਵਿੰਦ ਅਧਿਆਪਕ ਦਿਵਸ ਮੌਕੇ ਵਰਚੁਅਲ ਮਾਧਿਅਮ ਰਹੀਂ 44 ਅਧਿਆਪਕਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਇਸ ਪ੍ਰੋਗਰਾਮ ਦੌਰਾਨ ਹਰੇਕ ਪੁਰਸਕਾਰ ਜੇਤੂ ਬਾਰੇ ਇੱਕ ਸੰਖੇਪ ਡਾਕੂਮੈਂਟਰੀ ਵੀ ਪੇਸ਼ਾਈ ਜਾਵੇਗੀ। ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਅਨੁਸਾਰ ਅਧਿਆਪਕਾਂ ਦੇ ਵੱਡਮੋਲੇ ਯੋਗਦਾਨ ਨੂੰ ਸਨਮਾਨ ਦੇਣ ਅਤੇ ਕੌਮੀ ਸਿੱਖਿਆ ਨੀਤੀ 2020 ਨੂੰ ਅੱਗੇ ਵਧਾਉਣ ਲਈ ਮੰਤਰਾਲਾ ਵੱਲੋਂ ਇਸ ਸਾਲ ਵੀ ਅਧਿਆਪਕ ਫੈਸਟੀਵਲ ਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 7 ਤਰੀਕ ਨੂੰ ਸਵੇਰੇ 11 ਵਜੇ ਅਧਿਆਪਕਾਂ ਵਿਦਿਆਰਥੀਆਂ ਮਾਪਿਆਂ ਦੇ ਸਿੱਖਿਆ ਖੇਤਰ ਨਾਲ ਜੁੜੇ ਹੋਰ ਹਿੱਤ ਧਾਰਕਾਂ ਨੂੰ ਸੰਬੋਧਨ ਕਰਨਗੇ ਇਸ ਮੌਕੇ ਪ੍ਰਧਾਨ ਮੰਤਰੀ ਸਿੱਖਿਆ ਵਿਭਾਗ ਦਿਆਂ ਪੰਜ ਤਰਜੀਹਾਂ ਦਾ ਵੀ ਆਰੰਭ ਕਰਨਗੇ ਇਹਨਾਂ ਵਿੱਚ ਭਾਰਤੀ ਸੰਕੇਤ ਭਾਸ਼ਾ ਸ਼ਬਦਕੋਸ਼ ਵਿਖਣ ਵਿੱਚ ਅਸਮਰਥ ਲੋਕਾਂ ਲਈ ਆਡੀਓ ਪੁਸਤਕ ਸੀਬੀਐਸਸੀ ਦੇ ਸਕੂਲਾਂ ਦੀ ਗੁਣਵੱਤਾ ਦੀ ਮੁਲਾਂਕਣ ਪ੍ਰਣਾਲੀ ਅਤੇ ਅਧਿਆਪਕ ਸਿਕਲਾਈ ਪ੍ਰੋਗਰਾਮ ਨਿਸ਼ਠਾ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸਵੈ ਸੇਵੀਆਂ ਲਈ ਵਿਦਿਆਨਜਲੀ ਪੋਰਟਲ ਸ਼ਾਮਲੇ ਉਪਰਾਸ਼ਟਪਤੀ ਐਮ ਬੀ ਕੇ ਯਾ ਨਾਇਡੂ ਨੇ ਫੁੱਟਪੌਂਡ ਵਾਲੀਆਂ ਤਾਕਤਾਂ ਖਿਲਾਫ ਲੜਨ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਤਾ ਦਿੱਤਾ ਹੈ। ਹైదరాబాద్ ਵਿੱਚ ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿੱਚ ਇੱਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਪਰਾਸ਼ਟਪਤੀ ਨੇ ਕਿਹਾ ਕਿ ਮੌਜੂਦਾ ਸਮੇਂ ਆਲਮੀ ਪਾਇਟਾਰੇ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜੀ ਨੂੰ ਆਜ਼ਾਦ ਖਿਆਲੀ ਹੋਣਾ ਚਾਹੀਦਾ ਹੈ। ਉਪਰਾਸ਼ਟਪਤੀ ਨੇ ਸ਼੍ਰੀ ਅਰਬਿੰਦੋ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਉਨੇ ਕਿਹਾ ਕਿ ਅਧਿਆਤਮਕਤਾ ਭਾਰਤੀ ਸਭਿਆਚਾਰ ਦੀ ਪ੍ਰਮੁੱਖ ਪੂੰਜੀ ਹੈ ਜਿਸ ਵਿੱਚੋਂ ਦੇਸ਼ ਦੇ ਅਖਸ਼ ਨੂੰ ਵੀ ਵੇਖਿਆ ਜਾ ਸਕਦਾ ਹੈ ਨਾਇਡੂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਵਿੱਚ ਚੰਗੇ ਅਤੇ ਅਧਿਆਤਮਕ ਗੁਣਾ ਦਾ ਪ੍ਰਸਾਰ ਕਰਨ ਲਈ ਕਿਹਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਵਰੇ ਨੂੰ ਸਮਰਪਿਤ ਜਸ਼ਨ ਦੌਰਾਨ ਹਰੇਕ ਭਾਰਤੀ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਪ੍ਰਣ ਲੈਣਾ ਚਾਹੀਦਾ ਹੈ ਪਾਰਟੀਚਨ ਕਮਿਸ਼ਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੀਆਂ 4 ਵਿਧਾਨ ਸਭਾ ਸੀਟਾਂ ਲਈ ਜਮਿਲੀ ਚੋਣਾਂ 30 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਦੀਆਂ ਪਵਾਨੀਪੁਰ, ਸ਼ਮਸ਼ੀਰ ਗੰਝ ਅਤੇ ਜਾਂਗੀਪੁਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ ਜਦਕਿ ਓਡੀਸ਼ਾ ਦੀ ਬਿਪਲੀ ਵਿਧਾਨ ਸਭਾ ਸੀਟ ਤੇ 30 ਸਤੰਬਰ ਨੂੰ ਜ਼ਿਮਨੀ ਚੋਣਾਂ ਤਹਿਤ ਵੋਟਾਂ ਪੁਆਇਆਂ ਜਾਣਗੀਆਂ ਚੋਣ ਕਮਿਸ਼ਨ ਦੇ ਇਸ ਐਲਾਨ ਨਾਲ ਚੋਣ ਵਾਲੇ ਜਾਂ ਸਬੰਧਤ ਜ਼ਿਲ੍ਹਿਆਂ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਇਹਨਾਂ ਜ਼ਿਮਨੀ ਚੋਣਾਂ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ वीवीपैट मशीन वी 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 ना लगाए ਜਾਂਦਾ ਫੈਸਲਾ ਕੀਤਾ ਗਿਆ ਹੈ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਰੁੜੀਨ ਦੀ ਗਿਣਤੀ ਵਿੱਚ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਕਮਿਸ਼ਨ ਨੇ ਕਿਹਾ ਹੈ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਨਾਲ ਜਿੰਨੀ ਚੋਣ ਪ੍ਰਕਿਰਿਆ ਨਿਰਵਿਘਨ ਤੰਗ ਦੇ ਨਾਲ ਪੂਰੀ ਕਰਨ ਲਈ ਸਾਰੇ ਰੁੜੀਨ ਦੇ ਕਦਮ ਚੁੱਕੇ ਜਾਣਗੇ ਆਯੂਸ਼ ਮੰਤਰਾਲੇ ਨੇ ਦੇਸ਼ ਭਰ ਤੇ 45 ਸਥਾਨਾ ਤੋਂ ਆਯੂਸ਼ ਆਪਕੇ ਦਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੁਹਿੰਮ ਦਾ ਮਕਸਦ 1 ਸਾਲ ਵਿੱਚ 75 ਲੱਖ ਕਰੋ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਉਪਲਬਧ ਕਰਾਉਣਾ ਹੈ ਇਨਾ ਪੌਦਿਆਂ ਦੇ ਵਿੱਚ ਤੇਜ ਪੱਤਾ ਸਟੀਵੀਆ ਅਸ਼ੋਕਾ ਗਿੱਲੋ ਅਸ਼ਵਗੰਧਾ ਲੈਮਨ ਗ੍ਰਾਸ ਤੁਲਸੀ ਸਰਪਗੰਧਾ ਤੇ ਆਂਫਲਾ ਸ਼ਾਮਲੇ ਇਸ ਮਹਿੰਮ ਨੂੰ ਆਯੋਜਿਤ ਰਾਜ ਮੰਤਰੀ ਡਾਕਟਰ ਮਹਿੰਦਰ ਮੁੰਜਪਰਾ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਪਵੰਤੋ ਹਰੀ ਚੰਡੀ ਵਖਾਈ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹਨ ਡਾਕਟਰ ਮੁੰਜਪਰਾ ਨੇ ਹਰੇਕ ਪਰਿਵਾਰ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਕੇਂਦਰੀ ਮੰਤਰੀ ਸਰਬਨੰਦ ਸੋਨਵਾਲ ਨੇ ਮੁੰਬਈ ਤੋਂ ਆਯੋਸ਼ ਆਪਕੇ ਦੁਆਰ ਮੁਹਿੰਮ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਤਕਸੀਮ ਕੀਤੇ ਇਸ ਮੁਹਿੰਮ ਤਹਿਤ ਨੈਸ਼ਨਲ ਮੈਡੀਸ਼ਨਲ ਪਲਾਂਟਸ ਬੋਰਡ ਅਤੇ ਆਯੋਸ਼ ਮੰਤਰਾਲੇ ਦੀ ਆਯੁਰਵੈਦਿਕ ਵਿਗਿਆਨ ਖੋਜ ਪਰੀਸ਼ਦ ਵੱਲੋਂ ਦਵਾਈ ਦੇ ਗੁਣਾ ਵਾਲੇ ਪੌਦੇ ਅਤੇ ਆਯੁਰਵੈਦਿਕ ਦਵਾਈਆਂ ਆਮ ਲੋਕਾਂ ਦੇ ਵਿੱਚ ਤਕਸੀਮ ਕੀਤੀਆਂ ਆਰ ਗਿਆ ਨੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾ ਨੇ ਕਿਹਾ ਹੈ ਕਿ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਨੇ ਨੂ ਉਬਰ ਦੀਆਂ ਚੁਣੌਤੀਆਂ ਮੁਤਾਬਕ ਕੰਮ ਕਰਨ ਦੀ ਸ਼ੈਲੀ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਨਵੀਂ ਦਿੱਲੀ ਵਿੱਚ ਬਿਊਰੋ ਦੇ 51ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਹਮਲੇ, ਡਰੋਨ ਹਮਲੇ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਾਲੀ ਕਰੰਸੀ ਅਤੇ ਹਵਾਲਾ ਰੈਕਿਟ ਮੌਜੂਦਾ ਸਮੇਂ ਦੇਸ਼ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਨੇ ਅਤੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਨੂੰ ਅਜੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਬਿਹਤਰ ਅਭਿਆਸਾਂ ਨੂੰ ਅਪਣਾਉਣਾ ਚਾਹੀਦਾ ਹੈ। ਸ਼ਾਨ ਨੇ ਕਿਹਾ ਕਿ ਇਹ ਚੁਣੌਤੀਆਂ ਕੇਵਲ ਪਾਰਸ ਸਾਹਮਣੇ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਦੀ ਸਾਹਮਣੇ ਉੱਭਰ ਰਹੀਆਂ ਨੇ। ਉਹਨੇ ਕਿਹਾ ਕਿ ਇਹ ਚੁਣੌਤੀਆਂ ਨਾਲ ਨਜਿੱਠਣ ਲਈ ਪੁਲਿਸ ਬਲਾਂ ਨੂੰ ਹੋਰ ਸਮਰੱਥਕੀਤਾ ਚਾਹੀ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਸੰਬੰਧੀ 13 ਸਤੰਬਰ ਨੂੰ ਮੰਤਰੀ ਪੱਧਰ ਦੀ ਮਾਨਵੀ ਕਾਨਫਰੰਸ ਸੱਦੀਏ ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਦੇ ਲੋਕ ਕਿਸ ਸਮੇਂ ਪਾਰੀ ਸਮੱਸਿਆ ਵਿੱਚੋਂ ਗੁਜ਼ਰ ਰਹੇ ਨੇ ਜਿਸ ਲਈ ਕੁਮਾਂਦਰੀ ਪਾਈ ਜਾਰੇ ਵੱਲੋਂ ਮਦਦ ਦੀ ਬੇਹੱਦ ਲੋੜ ਹੈ ਬੁਲਾਰੇ ਨੇ ਦੱਸਿਆ ਕਿ 18 ਮਿਲੀਅਨ ਅਫਗਾਨ ਲੋਕ ਕੋਵਿਡ-19 ਮਹਾਮਾਰੀ ਸਣੇ ਹੋਰਨਾਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ खबर के बुलेटिन साशक आर एन यू डी डी के जलंधर के यूट्यूब चैनल फेसबुक पेज और ट्विटर हैंडल से वेख सकते हैं इस लिए ही खबर का यह बुलेटिन खत्म इजाजत नमस्कार